ਲੋਕ ਸਭਾ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਾ ਹੈ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ ਤੇ ਵੋਟਰਾਂ ਨੂੰ ਵੀ ਲੁਭਾਉਣ ਲਈ ਏਡੀ ਚੋਟੀ ਲਗਾਇਆ ਜਾ ਰਿਹਾ ਹੈ ਅਤੇ ਹਰ ਇੱਕ ਉਮੀਦਵਾਰ ਆਪਣੇ ਵਿਰੋਧੀਆਂ ਤੇ ਬਿਆਨਬਾਜ਼ੀ ਦੇ ਤੀਰ ਲਗਾਤਾਰ ਚਲਾ ਰਹੇ ਹਨ। ਪਿਛਲੇ ਦਿਨੀ ਫਰੀਦਕੋਟ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਤੇ ਗਏ ਇੱਕ ਬਿਆਨ ਜਿਸ ਵਿੱਚ ਉਹਨਾਂ ਨੇ ਅਕਾਲੀ ਦਲ ਦੀਆਂ ਵਿਰੋਧੀ ਪਾਰਟੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਨਾ ਟਿਕਣ ਦੀ ਗੱਲ ਕਹੀ ਸੀ ਤੇ ਹਲਕਾ ਫਰੀਦਕੋਟ ਦੇ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ ਨੇ ਚੁੱਪੀ ਤੋੜਦੇ ਸੁਖਬੀਰ ਬਾਦਲ ਦੇ ਬਿਆਨ ਤੇ ਪਲਟਵਾਰ ਕੀਤਾ ਹੈ। ਮੁਹੰਮਦ ਸਦੀਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਉਸਦੇ ਪ੍ਰਧਾਨ ਬੁਖਲਾੜ ਵਿੱਚ ਹਨ ਅਤੇ ਫਰੀਦਕੋਟ ਦੇ ਲਈ ਉਹਨਾਂ ਨੂੰ ਕਾਂਗਰਸ ਦਾ ਸਾਹਮਣਾ ਕਰਨ ਲਈ ਉਮੀਦਵਾਰ ਹੀ ਨਹੀਂ ਮਿਲ ਰਿਹਾ ਸੀ ਤਾਂ ਉਮੀਦਵਾਰ ਬਾਹਰੋਂ ਲਿਆ ਕੇ ਚੋਣ ਲੜਾਉਣ ਲਈ ਮਜਬੂਰ ਹੋ ਗਏ ਹਨ। ਬੀਜੇਪੀ ਤੇ ਅਕਾਲੀ ਦਲ ਦੀ ਬੀਜੇਪੀ ਨੇ ਜੋ ਕੁਝ ਸੈਂਟਰ 'ਚ ਕੀਤਾ ਹੈ ਇਹ ਸਾਰਾ ਮੁਲਕ ਕੀ ਸਾਰੀ ਦੁਨੀਆ ਜਾਣਦੀ ਹੈ। ਝੂਠ ਬੋਲ ਕੇ ਸੱਤਾ ਹਥਿਆਈ ਲੋਕਾਂ ਦੀ ਜੇਬਾਂ ਦੇ ਵਿੱਚ ਪੈਸੇ ਪਾਉਣ ਵਾਸਤੇ ਇੰਨੇ ਇੰਨੇ ਪੈਸੇ ਲੱਖਾਂ ਰੁਪਈਏ ਤੁਹਾਨੂੰ ਮੈਂ ਫਲਾਨਾ ਟਿਕਣਾ ਅਮਕਣਾ ਇੰਨਾ ਕੁਛ ਕਿਹਾ ਮੋਦੀ ਜੀ ਨੇ ਇੰਨਾ ਝੂਠ ਬੋਲਿਆ ਹੈਂਜੀ ਸੱਤਾ ਹਥਿਆ ਲਈ ਹੈ ਔਰ ਪੰਜਾਂ ਸਾਲਾਂ 'ਚ ਉਹਨਾਂ ਨੇ ਜਿੰਨੇ ਵਾਅਦੇ ਕੀਤੇ ਸੀ ਉਹਨਾਂ 'ਚੋਂ ਕਿੰਨੇ ਪੂਰੇ ਕੀਤੇ ਨੇ ਜਾਂ ਕੀ ਕੀਤਾ ਕੀ ਨਹੀਂ ਕੀਤਾ ਇਹ ਦੁਨੀਆ ਜਾਣਦੀ ਹੈ। ਇਸ ਕਰਕੇ ਮੈਂ ਸਮਝਦਾ ਇਹ ਪਾਰਟੀ ਵੀ ਗਈ, ਲੋਕ ਇਹਨੂੰ ਪਿਆਰ ਨਹੀਂ ਕਰਦੇ। ਅਗਲੀ ਗੱਲ ਆ ਜਾਂਦੀ ਹੈ ਅਕਾਲੀ ਦਲ ਦੀ। ਅਕਾਲੀ ਦਲ ਨੇ ਜੋ ਕੁਛ ਬਰਗਾੜੀ 'ਚ ਹੋਇਆ, ਬਹਿਬਲ ਕਲਾਂ 'ਚ ਹੋਇਆ, ਕੋਟਕਪੂਰਾ 'ਚ ਹੋਇਆ, ਜੋ ਕੁਛ ਹੋਇਆ ਲੋਕਾਂ ਦੇ ਹਾਲੇ ਜ਼ਖਮ ਅੱਲੇ ਨੇ ਉਹਦੇ ਬਾਰੇ ਤੁਸੀਂ ਮੈਥੋਂ ਨਾ ਪੁੱਛੋ, ਲੋਕ ਸਭ ਕੁਝ ਜਾਣਦੇ ਨੇ। ਇਸ ਕਰਕੇ ਮੈਨੂੰ ਪੂਰਾ ਯਕੀਨ ਹੈ ਵੀ ਕਾਂਗਰਸ ਨੇ ਮੈਨੂੰ ਮੇਰੀ ਪਾਰਟੀ ਜੋ ਟਿਕਟ ਦਿੱਤਾ ਮੈਨੂੰ ਇੱਥੇ ਜਿੱਤ ਪ੍ਰਾਪਤ ਹੋਊਗੀ ਕਿਉਂਕਿ ਲੋਕ ਇਹਨਾਂ ਦੇ ਖਿਲਾਫ਼ ਨੇ। ਮੈਨੂੰ ਲੋਕ ਪਿਆਰ ਕਰਦੇ ਨੇ, ਮੇਰੀ ਪਾਰਟੀ ਨੂੰ ਪਿਆਰ ਕਰਦੇ ਨੇ, ਮਹਾਰਾਜਾ ਅਮਰਿੰਦਰ ਸਿੰਘ ਨੂੰ ਪਿਆਰ। ਜਾਗਰਤੀ ਲੈਣ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ।